ਕੈਨੇਡੀਅਨ ਬੇਸਡ ਰੈਪਰ ਅਤੇ ਸੌਂਗ ਰਾਈਟਰ ਫਤਿਹ ਦੋ ਹਰ ਵੱਡੇ ਪੰਜਾਬੀ ਸਿੰਗਰ ਨਾਲ ਕੋਲੈਬੋਰੇਸ਼ਨ ਕਰ ਚੁੱਕੇ ਹਨ ਅਤੇ ਹੁਣ ਉਹ ਫਿਰ ਇੱਕ ਵਾਰ ਇੱਕ ਵੱਡੀ ਕੋਲੈਬੋਰੇਸ਼ਨ ਨਾਲ ਆ ਰਹੇ ਨੇ। ਰੈਪਰ ਫਤਿਹ ਨੂੰ 2012 ਵਿੱਚ ਡਾਕਟਰ ਜ਼ਿਊਸ ਵੱਲੋਂ ਡਿਸਕਵਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਯੂਥ ਸੈਂਸੇਸ਼ਨ ਹਨ। 2 ਸਾਲ ਪਹਿਲਾਂ ਫਤਿਹ ਤੇ ਜੈਜ਼ੀ ਨੇ ਕੋਲੈਬੋਰੇਸ਼ਨ ਵਿੱਚ ਬਹੁਤ ਵਧੀਆ ਗਾਣਾ ਐਤਵਾਰ ਪੇਸ਼ ਕੀਤਾ ਸੀ। ਹੁਣ ਇੱਕ ਵਾਰ ਫਿਰ ਤੋਂ ਧਮਾਲ ਮਚਾਉਣ ਲਈ ਤਿਆਰ ਹੈ। ਪ੍ਰਿੰਸ ਆਫ ਭੰਗੜਾ ਤੇ ਪ੍ਰਿੰਸ ਆਫ ਰੈਪ ਇਕੱਠੇ ਆਉਣਗੇ, ਸੁਣਨ ਵਿੱਚ ਹੀ ਬਹੁਤ ਐਕਸਾਈਟਡ ਲੱਗ ਰਿਹਾ। ਇੰਨਾ ਹੀ ਨਹੀਂ, ਇਹ ਇੱਕ ਟ੍ਰਾਇਓ ਸਿੰਗਿੰਗ ਹੋਏਗੀ ਜਿਸ ਵਿੱਚ ਇਹਨਾਂ ਦੋਵਾਂ ਦੇ ਨਾਲ ਸਿੰਗਰ ਹਰਜ ਨਾਗਰਾ ਵੀ ਗਾਉਣਗੇ। ਹਰਜ ਅਤੇ ਫਤਿਹ ਦੋਵਾਂ ਨੇ ਆਪਣੇ ਇੰਸਟਾ ਤੇ ਫੋਟੋ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਹਰਜ ਨੇ ਕਿਹਾ ਕਿ ਜੈਜ਼ੀ ਨਾਲ ਕੰਮ ਕਰਨਾ ਉਹਨਾਂ ਦਾ ਇੱਕ ਬਹੁਤ ਹੀ ਵੱਡਾ ਡ੍ਰੀਮ ਸੀ ਤੇ ਉਹਨਾਂ ਨੇ ਆਪਣੀ ਕੈਪਸ਼ਨ ਵਿੱਚ ਜੈਜ਼ੀ ਬਾਰੇ ਲਿਖਦੇ ਹੋਏ ਕਿਹਾ ਹੈ ਕਿ 10 ਸਾਲ ਪਹਿਲਾਂ ਜਦੋਂ ਉਹਨਾਂ ਨੇ ਮਿਊਜ਼ਿਕ ਬਣਾਉਣਾ ਸ਼ੁਰੂ ਕੀਤਾ ਤੇ ਇੱਕ ਉਹਨਾਂ ਦਾ ਡ੍ਰੀਮ ਸੀ ਕਿ ਉਹ ਜੈਜ਼ੀ ਨਾਲ ਗਾਣਾ ਕਰਨਾ ਚਾਹੁੰਦੇ ਹਨ ਤੇ ਡ੍ਰੀਮ ਇਸ ਵੀਕਐਂਡ ਪੂਰਾ ਹੋ ਗਿਆ ਤੇ ਲੱਗਦਾ ਹੁਣ ਮੈਂ ਰਿਟਾਇਰ ਹੋ ਜਾਵਾਂ। ਤਿੰਨਾਂ ਨੇ ਇਸ ਸੌਂਗ ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ। ਹੁਣ ਤੇ ਬਸ ਵੇਟ ਕਰੋ ਗਾਣੇ ਦੇ ਰਿਲੀਜ਼ ਦੀ। ਫੋਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰਟਅਪ।